ਕੀ ਬਿਨਾਂ ਆਪਰੇਸ਼ਨ ਤੋਂ ਇਲਾਜ ਸੰਭਵ ਹੈ? ਬਿਨਾਂ ਆਪਰੇਸ਼ਨ ਤੋਂ ਗੋਡਿਆਂ ਦੇ ਦਰਦ ਠੀਕ ਕੀਤੇ ਜਾ ਸਕਦੇ ਨੇ? ਕੀ ਬਿਨਾਂ ਆਪਰੇਸ਼ਨ ਤੋਂ ਬੈਕ ਪੇਨ ਠੀਕ ਕੀਤੀ ਜਾ ਸਕਦੀ ਹੈ? ਆਪਰੇਸ਼ਨ ਇਸ ਤਰ੍ਹਾਂ ਦੀ ਚੀਜ਼ ਹੈ ਕਿ ਬਿਨਾਂ ਕਿਸੇ ਦਵਾਈ ਦੇ ਹੀ ਖੂਨ ਦੇ ਦੌਰੇ ਨੂੰ, ਬਲੱਡ ਦੇ ਸਰਕੂਲੇਸ਼ਨ ਨੂੰ ਅੱਛਾ ਕਰਕੇ ਸਾਰੀਆਂ ਦਵਾਈਆਂ ਤੋਂ ਛੁਟਕਾਰਾ ਦਵਾਉਂਦਾ ਤੇ ਬੰਦੇ ਨੂੰ ਫਿੱਟ ਕਰਦਾ। ਜਦੋਂ ਉਹਨਾਂ ਨੂੰ ਸਰਵਾਈਕਲ ਹੋ ਗਈ ਉਸ ਟਾਈਮ ਹੀ ਉਹਨਾਂ ਨੂੰ ਫਿਜ਼ੀਓਥੈਰੇਪੀ ਲੈਣੀ ਚਾਹੀਦੀ ਹੈ। ਰੋਟੀਨ ਦੇ ਵਿੱਚ ਆ ਕੇ 4-6 ਮਹੀਨੇ ਮਗਰੋਂ ਥੈਰੇਪੀ ਲੈ ਲਈ ਜਾਵੇ ਤਾਂ ਹੀ ਇਸ ਤਰ੍ਹਾਂ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ। ਕਿਉਂ ਡਿਸਕ ਦੀ ਕਿਉਂ ਪ੍ਰੋਬਲਮ ਆਉਂਦੀ ਹੈ ਇੱਕ ਉਹ ਦੱਸ ਦਿਓ, ਅਤੇ ਦੂਸਰਾ ਦੱਸ ਦਿਓ ਕਿ ਤੁਸੀਂ ਕਿਵੇਂ ਇਲਾਜ ਕਰਦੇ ਹੋ। ਹਾਈ ਲੋਅ ਦਾ ਵੀ ਇਲਾਜ ਕਰਦੇ ਹੋ, ਕਿਵੇਂ ਕਰਦੇ ਹੋ ਮੈਡੀਸਨ ਦਿੱਤਾ ਅਤੇ ਕਿਵੇਂ ਕਰਦੇ ਹੋ? ਆ ਕੇ ਮਰੀਜ਼ ਮਸ਼ੀਨਸ ਲਗਵਾਉਂਦਾ ਹੈ, ਪੁਆਇੰਟਸ ਲਗਾਉਂਦਾ ਹੈ, ਤਾਂ ਉਹਦਾ ਬਲੱਡ ਦਾ ਸਰਕੂਲੇਸ਼ਨ ਜਿਹੜਾ ਉਹ ਸਰੀਰ ਦੇ ਵਿੱਚ ਵੱਧਦਾ ਜਾਂਦਾ ਹੈ ਅਤੇ ਬਲੋਕੇਜ ਆਪਣੇ ਆਪ ਖਤਮ ਹੋ ਜਾਂਦਾ। ਤੁਹਾਡੇ ਗੋਡੇ ਦੀ ਗ੍ਰੀਸ ਖਤਮ ਹੋ ਗਈ, ਕੀ ਇਨਸਾਨ ਦੇ ਸਰੀਰ ਦੀ ਗ੍ਰੀਸ ਹੁੰਦੀ ਹੈ? ਕੀ ਬਿਨਾਂ ਆਪਰੇਸ਼ਨ ਤੋਂ ਇਲਾਜ ਕੀਤਾ ਜਾ ਸਕਦਾ ਹੈ? ਬਿਨਾਂ ਦਵਾਈਆਂ ਤੋਂ ਇਲਾਜ ਕੀਤਾ ਜਾ ਸਕਦਾ ਹੈ? ਵੱਡੇ ਸਵਾਲ ਨੇ, ਸਾਰੀ ਗੱਲਬਾਤ ਕਰਾਂਗੇ। ਅੱਜ ਅਸੀਂ ਸਪੈਸ਼ਲੀ ਪਹੁੰਚੇ ਹਾਂ ਬਾਬਾ ਜੀ ਫਿਜ਼ੀਓਥੈਰੇਪੀ ਹੈਲਥ ਕੇਅਰ ਸੈਂਟਰ ਅਜੋਲੀ ਮੋੜ ਵਿਖੇ। ਨਮਸਕਾਰ, ਮੈਂ ਹਰਕੇ ਸਿੰਘ ਰਾਣਾ ਅਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਪ੍ਰਿਯੰਕਾ ਕੌਸ਼ਲ। ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਸਾਰਾ ਧੰਨਵਾਦ, ਤੁਸੀਂ ਆਏ ਹੋ, ਵੈਲਕਮ। ਸੈਕਿੰਡਲੀ ਪੰਜਾਬ ਟੀਵੀ ਪ੍ਰਾਈਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੈ ਬਾਬਾ ਜੀ ਦੀ। ਸਭ ਤੋਂ ਪਹਿਲਾਂ ਸਵਾਲ ਲਵਾਂਗੇ ਜੀ ਤੁਹਾਡੇ ਤੋਂ, ਕੀ ਬਿਨਾਂ ਆਪਰੇਸ਼ਨ ਤੋਂ ਇਲਾਜ ਸੰਭਵ ਹੈ? ਬਿਨਾਂ ਆਪਰੇਸ਼ਨ ਤੋਂ ਗੋਡਿਆਂ ਦੇ ਦਰਦ ਠੀਕ ਕੀਤੇ ਜਾ ਸਕਦੇ ਨੇ? ਕੀ ਬਿਨਾਂ ਆਪਰੇਸ਼ਨ ਤੋਂ ਬੈਕ ਪੇਨ ਠੀਕ ਕੀਤੀ ਜਾ ਸਕਦੀ ਹੈ ਜੀ? ਹਾਂਜੀ ਬਿਲਕੁਲ, ਫਿਜ਼ੀਓਥੈਰੇਪੀ ਦੇ ਨਾਲ ਅਸੀਂ ਜੁਆਇੰਟਸ ਦਾ ਕੋਈ ਵੀ ਪੇਨ, ਸਰਵਾਈਕਲ ਹੈ ਤੁਹਾਨੂੰ, ਤੁਹਾਨੂੰ ਗੋਡਿਆਂ ਦੀ ਕੋਈ ਦਰਦ ਹੈ ਜਾਂ ਡਿਸਕ ਦੀ ਕਿਸੇ ਨੂੰ ਕੋਈ ਪ੍ਰੋਬਲਮ, ਈਵਨ ਕਿ ਕਿਸੇ ਨੂੰ ਸਿਆਟਿਕਾ ਦੀ ਵੀ ਪ੍ਰੋਬਲਮ ਹੈ, ਉਹ ਵੀ ਬਿਨਾਂ ਆਪਰੇਸ਼ਨ ਤੋਂ ਜਿਹੜੀ ਬਾਬਾ ਜੀ ਫਿਜ਼ੀਓਥੈਰੇਪੀ ਹੈਲਥ ਕੇਅਰ ਸੈਂਟਰ ਦੇ ਵਿੱਚ ਬੜੇ ਤਰੀਕੇ ਦੇ ਨਾਲ ਠੀਕ ਕੀਤੀ ਜਾਂਦੀ ਹੈ ਬਿਨਾਂ ਆਪਰੇਸ਼ਨ ਤੋਂ। ਬਹੁਤ ਸਾਰੇ ਮਰੀਜ਼ ਜਿਹੜੇ ਆ ਉਹ ਠੀਕ ਹੋ ਕੇ ਇੱਥੋਂ ਗਏ ਹੈ ਅਤੇ ਉਹਨਾਂ ਨੇ ਅੱਗੇ ਬਹੁਤ ਸਾਰੇ ਪੇਸ਼ੈਂਟ ਮੇਰੇ ਕੋਲ ਭੇਜੇ। ਬਿਲਕੁਲ, ਇੱਕ ਵੱਡੇ ਵੱਡੇ ਹੋਸਪਿਟਲਾਂ ਦੇ ਵਿੱਚ ਲੋਕ ਜਾਂਦੇ ਨੇ ਕਿ ਉਹਨਾਂ ਨੇ ਗੋਡਿਆਂ ਦੇ ਇਲਾਜ ਕਰਾਉਣੇ ਨੇ, ਗੋਡੇ ਉਹਨਾਂ ਦੇ ਦੁਖਦੇ ਨੇ। ਸਭ ਤੋਂ ਪਹਿਲਾਂ ਜਾਣਨੇ ਦੀ ਤੁਹਾਡੇ ਤੋਂ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਇਹ ਦਰਦ ਹੁੰਦੇ ਕਿਉਂ ਹਨ, ਕੀ ਕਾਰਨ ਹੈ ਇਹਨਾਂ ਦੇ? ਇਹਦਾ ਇੱਕ ਤਾਂ ਕਾਰਨ ਮੇਨ ਤਾਂ ਹੈ ਭਾਜੀ ਸਾਡਾ ਖਾਣਾ ਪੀਣਾ ਜਿਹੜਾ ਸਹੀ ਤਰੀਕੇ ਨਾਲ ਨਹੀਂ ਹੁੰਦਾ, ਅਤੇ ਦੂਸਰਾ ਹੈ ਸਾਡਾ ਖਾਣਾ ਬਣਾਉਣ ਦਾ ਤਰੀਕਾ। ਪਹਿਲਾਂ ਤਾਂ ਸਬਜ਼ੀਆਂ ਦੇ ਵਿੱਚ, ਫਰੂਟਸ ਦੇ ਵਿੱਚ, ਕਿਸੇ ਵੀ ਚੀਜ਼ ਦੇ ਵਿੱਚ ਕਹਿ ਲਓ ਕੈਮੀਕਲ ਵਗੈਰਾ ਮਿਕਸ ਆਉਂਦੇ ਹੀ। ਦੂਸਰਾ ਸਾਡਾ ਖਾਣਾ ਬਣਾਉਣ ਦਾ ਤਰੀਕਾ, ਜਦੋਂ ਗਲਤ ਤਰੀਕਿਆਂ ਦੇ ਨਾਲ ਅਸੀਂ ਖਾਣਾ ਬਣਾਉਂਦੇ ਹਾਂ ਤਾਂ ਉਹਦੇ ਨਾਲ ਜਿਹੜੇ ਖਾਣੇ ਦੇ ਸੰਤੁਲਿਤ ਭੋਜਨ ਦੇ ਜਿਹੜੇ ਪੌਸ਼ਟਿਕ ਤੱਤਵ ਹੈ ਉਹ ਖਤਮ ਹੋ ਜਾਂਦੇ ਆ, ਜਿਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਜਿਹੜੀ ਵਿਟਾਮਿਨ ਦੀ ਜਾਂ ਕੈਲਸ਼ੀਅਮ ਦੀ ਜਾਂ ਹੋਰ ਜਿਹੜੇ ਸਾਨੂੰ ਜ਼ਰੂਰੀ ਤੱਤਵ ਚਾਹੀਦੇ ਸਾਡੇ ਸਰੀਰ ਦੇ ਲਈ, ਉਹਨਾਂ ਦੀ ਕਮੀ ਹੋ ਜਾਂਦੀ, ਜਿਸ ਕਰਕੇ ਕਿ ਸਾਡੀਆਂ ਹੱਡੀਆਂ ਦੇ ਵਿੱਚੋਂ ਜਿਹੜਾ ਤਰਲ ਪਦਾਰਥ ਹੈ ਜਿਹਨੂੰ ਗ੍ਰੀਸ ਕਹਿੰਦੇ ਨੇ ਲੋਕ, ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਅਤੇ ਗੋਡਿਆਂ ਦੀ ਜੁਆਇੰਟਸ ਪੇਨ ਦੀ, ਕਿਸੇ ਦੇ ਜੋੜ ਦੁੱਖ ਰਿਹਾ, ਕੋਈ ਕਈਆਂ ਦੇ ਮੋਢੇ ਦੁੱਖਦੇ ਹੈ, ਕਈਆਂ ਨੂੰ ਸਰਵਾਈਕਲ ਦੀ ਹੋ ਜਾਂਦੀ ਹੈ ਅਤੇ ਕਈਆਂ ਨੂੰ ਡਿਸਕ ਦੀ ਪ੍ਰੋਬਲਮ ਵੀ ਹੋ ਜਾਂਦੀ। ਗ੍ਰੀਸ ਨਾਲ ਤਰਲ ਪਦਾਰਥ ਕੀ ਹੈ? ਕਿਉਂਕਿ ਸੁਣਿਆ, ਅਕਸਰ ਸੁਣਨੇ ਨੂੰ ਮਿਲਦਾ ਕਿ ਤੁਹਾਡੇ ਗੋਡਿਆਂ ਦੀ ਗ੍ਰੀਸ ਖਤਮ ਹੋ ਗਈ, ਕਿ ਇਨਸਾਨ ਦੇ ਸਰੀਰ 'ਚ ਵੀ ਗ੍ਰੀਸ ਹੁੰਦੀ ਹੈ? ਹਾਂਜੀ ਬਿਲਕੁਲ ਜੀ, ਸਾਡੀ ਜਿਹੜੀਆਂ ਜਿਸ ਤਰ੍ਹਾਂ ਹੁਣ ਮਸ਼ੀਨ ਹੈ
ਬਣਾਈਆਂ ਹੋਈਆਂ ਮਸ਼ੀਨਾਂ ਹੈ, ਉਹਨਾਂ ਨੂੰ ਵੀ ਅਸੀਂ ਤੇਲ ਦਿੰਦੇ ਹਾਂ, ਠੀਕ ਹੈ ਨਾ ਜੀ। ਇਸੇ ਤਰ੍ਹਾਂ ਅਸੀਂ ਜਦੋਂ ਆਪਣਾ ਖਾਣਾ ਪੀਣਾ ਸਹੀ ਨਹੀਂ ਕਰਦੇ ਹਾਂ ਤਾਂ ਉਹ ਜਿਹੜਾ ਤਰਲ ਪਦਾਰਥ ਹੈ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ। ਹੁਣ ਕਿਉਂਕਿ ਅਸੀਂ ਸਾਡਾ ਖਾਣਾ ਪੀਣਾ ਜਦੋਂ ਠੀਕ ਨਹੀਂ ਹੈਗਾ, ਠੀਕ ਹੈ ਨਾ ਜੀ, ਤਾਂ ਉਹਦੇ ਕਰਕੇ ਲੋਕਾਂ ਨੂੰ, ਕਈਆਂ ਨੂੰ ਕਿਸੇ ਨੂੰ ਕੋਲੈਸਟ੍ਰੋਲ ਦੀ ਪ੍ਰੋਬਲਮ ਆਉਂਦੀ ਹੈ, ਕਈਆਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਆਉਂਦੀ ਹੈ, ਅਤੇ ਡਾਕਟਰਸ ਕੀ ਕਹਿੰਦੇ ਆ ਸਾਨੂੰ, ਈਵਨ ਅਸੀਂ ਵੀ ਕਹਿੰਦੇ ਵੀ ਤੁਸੀਂ ਜੀ ਇਹ ਚੀਜ਼ ਘੱਟ ਕਰ ਦਿਓ ਖਾਣੀ, ਹੈ ਨਾ। ਜਦੋਂ ਅਸੀਂ ਇੱਕ ਚੀਜ਼ ਨੂੰ ਖਾਣਾ ਘੱਟ ਕਰ ਦਿੰਦੇ ਹਾਂ ਤਾਂ ਉਸ ਚੀਜ਼ ਦੇ ਦੂਜੇ ਪਾਸੇ ਨੈਗੇਟਿਵ ਰਿਜ਼ਲਟ ਇਹ ਆਉਂਦਾ ਹੈ ਕਿ ਉਹਦਾ ਸਾਨੂੰ ਸਾਡੇ ਸਰੀਰ ਦੇ ਵਿੱਚ ਡੈਫੀਸ਼ੀਐਂਸੀ ਹੋ ਜਾਂਦੀ ਹੈ, ਹੈ ਨਾ ਜੀ। ਹੁਣ ਜੇ ਕਿਸੇ ਦਾ BP ਹਾਈ ਹੁੰਦਾ ਤਾਂ ਅਸੀਂ ਕਹਿਣਾ ਜੀ ਕਿ ਉਹ ਖਾਣਾ ਬੰਦ ਕਰ ਦਿਓ, ਜਦੋਂ ਕਿ ਉਹ ਖਾਣਾ ਬੰਦ ਕਰਤਾ ਤਾਂ ਫਿਰ ਆਪਣੇ ਆਪ ਹੀ ਜਿਹੜਾ ਤਰਲ ਪਦਾਰਥ ਹੈ ਉਹ ਖਤਮ ਹੋਣਾ ਸ਼ੁਰੂ ਹੋ ਗਿਆ, ਹੈ ਨਾ ਜੀ, ਕਮੀ ਹੋ ਗਈ ਨਾ ਉਸ ਚੀਜ਼ ਦੀ। ਇਹ ਚੀਜ਼ਾਂ, ਇਹ ਛੋਟੀਆਂ ਛੋਟੀਆਂ ਗੱਲਾਂ ਹੈ ਜਿਹਦੇ ਕਰਕੇ ਕਿ ਪ੍ਰੋਬਲਮਸ ਜਿਹੜੀਆਂ ਸਾਡੇ ਸਰੀਰ ਦੇ ਵਿੱਚ ਆਉਂਦੀਆਂ ਨੇ, ਅਤੇ ਇਹ ਮੇਨ ਇਹ ਇਫੈਕਟ ਵੀ ਹੋ ਜਾਂਦਾ ਥੋੜ੍ਹਾ ਜਿਹਾ ਜੇ ਅਸੀਂ ਥੋੜ੍ਹਾ ਜਿਹਾ ਧਿਆਨ ਨਾਲ ਚੱਲੀਏ, ਆਪਣੀ ਡਾਇਟ ਨੂੰ ਅੱਛਾ ਕਰੀਏ, ਤਾਂ ਅਸੀਂ ਇਹਨਾਂ ਪ੍ਰੋਬਲਮਸ ਤੋਂ, ਇਹ ਆਪਣੀਆਂ ਮੇਨ ਆਪਣੀਆਂ ਜਿਹੜੀਆਂ ਦਵਾਈਆਂ ਤੋਂ ਛੁਟਕਾਰਾ ਜਿਹੜਾ ਉਹ ਪਾ ਸਕਦੇ। ਅੱਛਾ, ਇਹ ਵੀ ਦੱਸ ਦਿਓ, ਜਦੋਂ ਇੱਕ ਵਿਅਕਤੀ ਡਾਕਟਰ ਕੋਲ ਜਾਂਦਾ ਹੈ ਕਿ ਉਸਦੇ ਗੋਡਾ ਦੁੱਖ ਰਿਹਾ ਹੈ, ਤਾਂ ਡਾਕਟਰ ਉਸਨੂੰ ਕਹਿੰਦਾ ਹੈ ਕਿ ਤੇਰੀ ਗ੍ਰੀਸ ਖਤਮ ਹੋ ਗਈ, ਤੇਰਾ ਆਪਰੇਸ਼ਨ ਕਰਨਾ ਪਏਗਾ, ਅਜਿਹੇ ਮਰੀਜ਼ਾਂ ਨੂੰ ਤੁਸੀਂ ਕਿਵੇਂ ਹੈਂਡਲ ਕਰਦੇ ਹੋ, ਕਿ ਤੁਸੀਂ ਵੀ ਆਪਰੇਸ਼ਨ ਕਰਵਾ ਦਿੰਦੇ ਹੋ ਉਹਨਾਂ ਦਾ? ਨਹੀਂ ਜੀ, ਨਹੀਂ, ਬਿਲਕੁਲ ਨਹੀਂ। ਮੇਰੇ ਕੋਲ ਜੋ ਪੇਸ਼ੈਂਟ ਬਿਨਾਂ ਆਪਰੇਸ਼ਨ ਤੋਂ ਆਉਂਦੇ ਹੈ, ਮੈਂ ਉਹਨਾਂ ਨੂੰ ਇਹੀ ਕਹਿੰਦੀ ਹਾਂ ਕਿ ਬੇਸ਼ੱਕ ਤੁਹਾਨੂੰ 10 ਦਿਨਾਂ ਦੀ ਜਗ੍ਹਾ 15 ਦਿਨ ਠੀਕ ਹੋਣ ਨੂੰ ਲੱਗ ਜੂਗੇ, ਪਰ ਤੁਸੀਂ ਇਹਨਾਂ ਮਸ਼ੀਨਾਂ ਦੇ ਨਾਲ, ਥੈਰੇਪੀ ਦੇ ਨਾਲ ਅਤੇ ਐਕਸਰਸਾਈਜ਼ ਕਰਨੇ ਦੇ ਨਾਲ ਬਿਲਕੁਲ, ਔਰ ਆਪਣੀ ਡਾਇਟ ਥੋੜ੍ਹੀ ਜਿਹੀ ਖਾਣ ਪੀਣ ਠੀਕ ਕਰਨ ਦੇ ਨਾਲ ਜਿਹੜੇ ਤੁਹਾਡੇ ਗੋਡੇ ਆ ਉਹ ਠੀਕ ਹੋ ਜਾਣਗੇ। ਜਿੰਨੇ ਵੀ ਮਰੀਜ਼ ਆਏ ਹੈ ਜਿਨ੍ਹਾਂ ਨੂੰ ਡਾਕਟਰਸ ਨੇ ਆਪਰੇਸ਼ਨ ਲਈ ਬੋਲਿਆ ਸੀ, ਉਹਨਾਂ ਨੂੰ ਕਿਸੇ ਨੂੰ 10 ਦਿਨ ਲੱਗੇ ਹੈ, ਕਿਸੇ ਨੂੰ 15 ਦਿਨ ਲੱਗੇ ਹੈ, ਉਹ ਇੱਥੋਂ ਠੀਕ ਹੋ ਕੇ ਗਏ ਹੈ ਬਿਨਾਂ ਆਪਰੇਸ਼ਨ ਤੋਂ ਠੀਕ ਹੋ ਗਏ ਨੇ। ਡਾਕਟਰ, ਲੋਕਾਂ ਨੂੰ ਸਰਵਾਈਕਲ ਤਾਂ ਹੋ ਜਾਂਦਾ ਹੈ, ਪਰ ਲੋਕਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਉਹਨਾਂ ਨੂੰ ਸਰਵਾਈਕਲ ਹੋ ਗਿਆ ਹੈ। ਨੋਰਮਲ ਡਾਕਟਰ ਤੋਂ ਦਵਾਈ ਲੈ ਕੇ ਆਪਣੇ ਘਰ ਚਲੇ ਜਾਂਦੇ ਨੇ, ਕੀ ਲੱਛਣ ਹੁੰਦੇ ਨੇ ਸਰਵਾਈਕਲ ਦੇ, ਉਹ ਵੀ ਇੱਕ ਵਾਰ ਦੱਸ ਦਿਓ। ਸਰਵਾਈਕਲ ਦੇ ਵਿੱਚ ਕਈਆਂ ਨੂੰ ਤਾਂ ਚੱਕਰ ਵੀ ਆਉਂਦੇ ਆ, ਠੀਕ ਹੈ ਜੀ, ਸੁੱਤੇ ਉੱਠਦੇ ਆ ਜਦੋਂ, ਲੇਟ ਕੇ ਇੱਕਦਮ ਉੱਠਣਾ ਤਾਂ ਵੀ ਚੱਕਰ ਆਉਂਦਾ ਹੈ, ਅਤੇ ਇਹ ਲੱਛਣ ਜਿਹੜੇ ਇਸ ਤਰ੍ਹਾਂ ਦੇ, ਕਈ ਦਰਦ ਹੋਣਾ, ਗਰਦਨ ਦੇ ਵਿੱਚ ਦਰਦ ਹੋਣਾ, ਬੈਕ ਸਾਈਡ ਦੇ ਵਿੱਚ, ਮੋਢਿਆਂ ਦੇ ਵਿੱਚ ਦਰਦ ਹੋਣਾ, ਇਹ ਸਰਵਾਈਕਲ ਦੇ ਲੱਛਣ ਹੁੰਦੇ ਆ। ਅਤੇ ਸਰਵਾਈਕਲ ਦੇ ਵਿੱਚ ਇਹ ਵੀ ਹੁੰਦਾ ਕਿ ਜਦੋਂ ਅਸੀਂ ਇੱਕਦਮ ਸੁੱਤੇ ਉੱਠਦੇ ਹਾਂ ਤਾਂ ਸਾਨੂੰ ਜਿਹੜਾ ਬਹੁਤ ਜ਼ੋਰ ਨਾਲ ਚੱਕਰ ਆਉਂਦਾ। ਕਈ ਲੋਕ ਸੋਚਦੇ ਆ ਕਿ ਸਾਨੂੰ BP ਦੀ ਦਿੱਕਤ ਹੋ ਗਈ ਹੈ ਜਾਂ ਸਾਨੂੰ ਕੋਈ ਹੋਰ ਪ੍ਰੋਬਲਮ ਹੋ ਗਈ ਹੈ, ਤਾਂ ਉਹ ਦਵਾਈਆਂ ਜਿਹੜੀਆਂ ਖਾਣੀਆਂ ਸ਼ੁਰੂ ਕਰ ਦਿੰਦੇ ਆ, ਤਾਂ ਕਈਆਂ ਦਾ ਧਿਆਨ ਨਹੀਂ ਇਸ ਵੱਲ ਜਾਂਦਾ ਕਿ ਸਾਨੂੰ ਇਹ ਦਿੱਕਤ ਵੀ ਹੋ ਸਕਦੀ ਹੈ। ਜ਼ਿਆਦਾ ਉੱਚਾ ਸਿਰਹਾਣਾ ਲੈਣ ਦੇ ਨਾਲ ਵੀ ਜਿਹੜੀ ਸਰਵਾਈਕਲ ਦੀ ਦਿੱਕਤ ਹੈ ਉਹ ਆਉਂਦੀ ਹੈ। ਇਸਦੇ ਇਲਾਜ ਕਿਵੇਂ ਕਰਦੇ ਹੋ ਤੁਸੀਂ, ਫਿਰ ਆਪਰੇਸ਼ਨ ਕਰਦੇ ਹੋ, ਦਵਾਈਆਂ ਦਿੰਦੇ ਹੋ ਜਾਂ ਕਿਵੇਂ ਕਰਦੇ ਹੋ? ਨਹੀਂ ਜੀ, ਮੈਂ ਦਵਾਈ ਨਹੀਂ ਦਿੰਦੀ ਹਾਂ, ਮੈਂ ਸਿਰਫ ਫਿਜ਼ੀਓਥੈਰੇਪੀ, ਆਪਣੇ ਐਕੂਪ੍ਰੈਸ਼ਰ ਜਿਹੜੇ ਮੇਰੇ ਕੋਲ ਮਸ਼ੀਨਸ ਹੈ ਉਹਨਾਂ ਦੇ ਨਾਲ ਮੈਂ ਪੇਸ਼ੈਂਟਸ ਦਾ ਇਲਾਜ ਕਰਦੀ ਹਾਂ, ਜਿਹਦੇ ਨਾਲ ਕਿ ਸਰਵਾਈਕਲ ਜਿਹੜਾ ਹੈ ਉਹ ਘੱਟੋ ਘੱਟ, ਜੇ ਤਾਂ ਕਿਸੇ ਨੂੰ ਜ਼ਿਆਦਾ ਪ੍ਰੋਬਲਮ ਹੈ ਤਾਂ 10 ਦਿਨ ਲੱਗ ਜਾਂਦੇ ਆ, ਅਦਰਵਾਈਜ਼ ਹਫ਼ਤੇ ਦੇ ਵਿੱਚ ਜਿਹੜਾ ਸਰਵਾਈਕਲ ਹੈ ਉਹ ਬਿਨਾਂ ਦਵਾਈ ਤੋਂ ਬਿਲਕੁਲ ਠੀਕ ਹੋ ਜਾਂਦਾ। ਅਸੀਂ ਸਰਵਾਈਕਲ ਦੀ ਗੱਲ ਕਰ ਰਹੇ ਸੀਗੇ, ਸਰਵਾਈਕਲ ਜਦੋਂ ਕੰਮ ਕਰਦਾ ਹੈ ਜਾਂ ਲੱਛਣ ਦਿਖਾਈ ਦਿੰਦੇ ਆ ਸਰਵਾਈਕਲ ਦੇ, ਇਹਦੇ ਇਲਾਜ ਕੀਤਾ ਜਾਂਦਾ ਹੈ, ਪਰ ਜਿਵੇਂ ਅੱਜ ਕੱਲ੍ਹ ਹੈਬਿਟ ਹੋ ਗਈ, ਬੱਚੇ ਮੋਬਾਈਲ 'ਤੇ ਰਹਿੰਦੇ ਨੇ, ਆਫਿਸ ਦੇ ਵਿੱਚ ਇੰਨਾ ਬਰਡਨ ਹੈ, ਕੰਪਿਊਟਰ 'ਤੇ ਜਾਂ ਸਿਟਿੰਗ ਜੋਬ ਹੈ, ਕੀ ਜਦੋਂ ਉਹਨਾਂ ਨੂੰ ਸਰਵਾਈਕਲ ਹੋ ਗਈ ਉਸ ਟਾਈਮ ਹੀ ਉਹਨਾਂ ਨੂੰ ਫਿਜ਼ੀਓਥੈਰੇਪੀ ਲੈਣੀ ਚਾਹੀਦੀ ਹੈ, ਜਾਂ ਰੂਟੀਨ ਦੇ ਵਿੱਚ ਆ ਕੇ ਮਹੀਨਾ 4-6 ਮਹੀਨੇ ਮਗਰੋਂ ਥੈਰੇਪੀ ਲੈ ਲਈ ਜਾਵੇ ਤਾਂ ਹੀ ਇਸ ਤਰ੍ਹਾਂ ਦੀ ਬਿਮਾਰੀ ਤੋਂ ਬਚਿਆ ਵੀ ਜਾ ਸਕਦਾ ਹੈ? ਨਹੀਂ, ਜ਼ਰੂਰੀ ਨਹੀਂ ਹੈ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ, ਤੁਹਾਨੂੰ ਕੋਈ ਬੋਡੀ ਦੇ ਵਿੱਚ ਪੇਨ ਹੈ, ਸਰਵਾਈਕਲ ਹੈ, ਡਿਸਕ ਪ੍ਰੋਬਲਮ ਹੈ, ਸਿਆਟਿਕਾ ਦੀ ਹੈ, ਤਾਂ ਹੀ ਤੁਸੀਂ ਫਿਜ਼ੀਓਥੈਰੇਪੀ ਕਰਵਾਉਣ ਆਓ। ਤੁਸੀਂ ਆਪਣੇ ਬਲੱਡ ਦੇ ਸਰਕੂਲੇਸ਼ਨ ਨੂੰ ਅੱਛਾ ਰੱਖਣ ਦੇ ਲਈ, ਵਧੀਆ ਰੱਖਣ ਦੇ ਲਈ ਹਫ਼ਤੇ ਦੇ ਵਿੱਚ ਇੱਕ ਵਾਰੀ ਫਿਜ਼ੀਓਥੈਰੇਪੀ ਵੀ ਕਰਾ ਕੇ ਜਾਊਂਗੀ ਤਾਂ ਤੁਹਾਡਾ ਬਲੱਡ ਸਰਕੂਲੇਸ਼ਨ ਜਿਹੜਾ ਉਹ ਅੱਛਾ ਰਹੇਗਾ, ਅਤੇ ਤੁਸੀਂ ਆਪਣੇ ਆਪ ਨੂੰ ਜਿਹੜੀਆਂ ਇਹ ਪ੍ਰੋਬਲਮਸ ਆਉਂਦੀਆਂ ਉਹਨਾਂ ਤੋਂ ਦੂਰ ਰੱਖ ਸਕਦੇ ਹੋ। ਬਿਨਾਂ ਦਵਾਈ ਖਾਏ, ਬਿਨਾਂ ਪੇਨ ਕਿਲਰਸ ਖਾਏ ਤੁਸੀਂ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹੋ। ਸਵੇਰ ਦੀ ਸੈਰ ਕਰੋ, ਸ਼ਾਮ ਦੀ ਸੈਰ ਕਰੋ, ਆਪਣੀ ਡਾਇਟ ਅੱਛੀ ਕਰੋ, ਤਾਂ ਤੁਹਾਡਾ ਸਰੀਰ ਜਿਹੜਾ ਉਹ ਬਹੁਤ ਅੱਛਾ ਹੋ ਜਾਏਗਾ।
ਡਾਕਟਰ ਜਦੋਂ ਅਸੀਂ ਹੁਣ ਦਰਦਾਂ ਦੀ ਗੱਲ ਕਰ ਰਹੇ ਹਾਂ, ਜੋੜਾਂ ਦੀ ਗੱਲ ਕਰ ਰਹੇ ਹਾਂ, ਸਰਵਾਈਕਲ ਦੀ ਹੋ ਗਈ ਹੈ, ਤਾਂ ਇੱਕ ਡਿਸਕ ਪ੍ਰੋਬਲਮ ਬੜੀ ਦੇਖਣ ਨੂੰ ਮਿਲਦੀ ਹੈ, ਚਾਹੇ ਛੋਟੇ ਆ, ਵੱਡੇ ਆ, ਬਜ਼ੁਰਗ ਹੈ, ਸਾਰਿਆਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਕਿਉਂ ਡਿਸਕ ਦੀ ਕਿਉਂ ਪ੍ਰੋਬਲਮ ਆਉਂਦੀ ਹੈ, ਇੱਕ ਉਹ ਦੱਸ ਦਿਓ ਅਤੇ ਦੂਸਰਾ ਦੱਸ ਦਿਓ ਕਿ ਤੁਸੀਂ ਕਿਵੇਂ ਇਲਾਜ ਕਰਦੇ ਹੋ ਇਸਦਾ। ਡਿਸਕ ਪ੍ਰੋਬਲਮ ਕਈ ਪੇਸ਼ੈਂਟਸ ਨੂੰ ਆ ਜਾਂਦੀ ਹੈ, ਕਮਜ਼ੋਰੀ ਦੀ ਵਜ੍ਹਾ ਨਾਲ ਵੀ ਆਉਂਦੀ ਹੈ, ਕੈਲਸ਼ੀਅਮ, ਹੱਡੀਆਂ ਦੇ ਵਿੱਚ ਕੈਲਸ਼ੀਅਮ ਦੀ ਘਾਟ ਦੇ ਕਾਰਨ ਵੀ ਜਿਹੜਾ ਇਹ ਪ੍ਰੋਬਲਮਸ ਆ ਜਾਂਦੀਆਂ ਨੇ, ਕਿਉਂਕਿ ਥੋੜ੍ਹਾ ਡਿਸਆਰਡਰ ਹੋ ਜਾਂਦਾ ਹੈ। ਕਈ ਵਾਰੀ ਕਈਆਂ ਨੂੰ ਚੋਟ ਲੱਗਣ ਦੇ ਨਾਲ ਡਿਸਕ ਦੀ ਪ੍ਰੋਬਲਮ ਆ ਜਾਂਦੀ ਹੈ। ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟ ਜਿਹੜੇ ਆ ਉਹ ਡਿਸਕ ਦੀ ਪ੍ਰੋਬਲਮ ਵਾਲੇ ਆਉਂਦੇ ਹੈ, ਅਤੇ ਉਹਨਾਂ ਦਾ ਇਲਾਜ ਜਿਹੜਾ ਮੈਂ ਆਪਣੀਆਂ ਮਸ਼ੀਨਾਂ ਦੇ ਨਾਲ ਕਰਦੀ ਹਾਂ, ਅਤੇ ਉਹ ਬਹੁਤ ਠੀਕ ਹੋ ਕੇ ਜਾਂਦੇ ਹੈ। ਕਿੰਨੇ ਕੁ ਦਿਨ ਦੇ ਵਿੱਚ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਹੈ? ਸਿਕਸਥ ਡੇ ਤੋਂ, ਜਿਹੜਾ ਪਹਿਲੇ 5 ਡੇਜ਼ ਦੇ ਵਿੱਚ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਤੁਹਾਨੂੰ ਔਨ ਆਫ ਲੱਗਦਾ ਹੈ ਕਿ ਪੇਸ਼ੈਂਟ ਨੂੰ ਆਰਾਮ ਹੈ। ਪੇਸ਼ੈਂਟ ਪਹਿਲੇ ਦਿਨ ਤਾਂ ਬਹੁਤ ਫੀਲ ਕਰਦਾ ਹੈ ਕਿ ਅੱਛਾ ਵੀ ਮੈਨੂੰ ਠੀਕ ਹੈ, ਮੈਂ ਫਰਕ ਹੈ। ਪਰ ਦੂਸਰੀ ਤੀਸਰੀ ਥੈਰੇਪੀ ਦੇ ਵਿੱਚ ਜਿਹੜੀ ਥੋੜ੍ਹੀ ਬਹੁਤ ਪੇਨ ਆਉਂਦੀ ਹੈ, ਜਿਸ ਤਰ੍ਹਾਂ ਤੁਹਾਨੂੰ ਨੋਰਮਲ ਪੇਨ ਹੈ ਹੀ ਹੈ ਪੇਸ਼ੈਂਟ ਨੂੰ ਹੁੰਦੀ ਹੈ, ਉਨੀ ਕੁ ਹੁੰਦੀ ਹੈ, 6ਵੇਂ ਕੁ ਦਿਨ ਤੋਂ ਤੁਹਾਨੂੰ ਜਿਹੜਾ ਪੇਸ਼ੈਂਟ ਨੂੰ ਉਹ ਰਿਲੀਫ ਹੋਣਾ ਸ਼ੁਰੂ ਹੋ ਜਾਂਦਾ ਹੈ। ਦੱਸ ਦਿਓ, ਅਸੀਂ ਆਪਣੇ ਸਰੀਰ ਦਾ ਧਿਆਨ ਤਾਂ ਨਹੀਂ ਰੱਖਦੇ, ਪਰ ਅਸੀਂ ਜੋ ਗੱਡੀ ਲੈਂਦੇ ਹਾਂ, ਚਾਹੇ ਉਹਦੀ ਸਰਵਿਸ ਕਰਵਾਉਣੀ ਹੋਵੇ ਜਾਂ ਉਸਦਾ ਕੁਛ ਵੀ ਕਰਾਉਣਾ ਹੋਵੇ, ਸਾਨੂੰ ਪਤਾ ਹੁੰਦਾ ਕਿ 10,000 ਮਗਰੋਂ ਅਸੀਂ ਆਪਣੀ ਗੱਡੀ ਦੀ ਸਰਵਿਸ ਕਰਾਉਣੀ ਹੈ। ਪਰ ਅਸੀਂ ਇਨਸਾਨ ਆਪਣੇ ਸਰੀਰ ਦਾ ਧਿਆਨ ਕਿਉਂ ਨਹੀਂ ਰੱਖਦੇ ਕਿ ਸਾਨੂੰ ਵੀ ਇਸ ਤਰ੍ਹਾਂ ਦਾ ਇੱਕ ਰੂਟੀਨ ਬੰਨ ਲੈਣਾ ਚਾਹੀਦਾ ਕਿ ਸਾਨੂੰ 4-6 ਮਹੀਨੇ ਮਗਰੋਂ, 2 ਮਹੀਨੇ ਮਗਰੋਂ ਇੱਕ ਅੱਧੀ ਵਾਰ ਫਿਜ਼ੀਓਥੈਰੇਪੀ ਜ਼ਰੂਰ ਲੈਣੀ ਚਾਹੀਦੀ ਹੈ? ਬਿਲਕੁਲ ਜੀ, ਜਿਸ ਤਰ੍ਹਾਂ ਆਪਾਂ ਕਾਰ ਲੈਂਦੇ ਹਾਂ, ਉਹਦੀ ਇੰਸ਼ੋਰੈਂਸ ਕਰਵਾਉਂਦੇ ਹਾਂ, ਅਤੇ ਜਦੋਂ ਅਸੀਂ ਦੇਖਿਆ ਵੀ ਹੁਣ ਸਾਡੀ ਕਾਰ 2,000 ਕਿਲੋਮੀਟਰ ਚੱਲ ਗਈ, 4,000 ਕਿਲੋਮੀਟਰ ਚੱਲ ਗਈ, ਤਾਂ ਸਾਨੂੰ ਆਪਣੇ ਆਪ ਕਾਲ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਆ ਕੇ ਜੀ ਸਰਵਿਸ ਕਰਵਾ ਲਓ, ਫਿਲਟਰ ਚੇਂਜ ਕਰਵਾ ਲਓ, ਹੈ ਨਾ, ਇੱਦਾਂ ਇਹ ਕਰਵਾ ਲਓ, ਉਹ ਕਰਵਾ ਲਓ। ਇਸੇ ਤਰ੍ਹਾਂ ਸਾਡੀ ਬੋਡੀ ਵੀ ਇੱਕ ਤਰ੍ਹਾਂ ਦੀ ਮਸ਼ੀਨਰੀ ਹੀ ਹੈ ਜੋ ਚੱਲ ਰਹੀ ਹੈ, ਅਤੇ ਇਹਦੀ ਵੀ ਸਰਵਿਸ ਜਿਹੜੀ ਆ ਉਹ ਟਾਈਮ ਟੂ ਟਾਈਮ ਕਰਵਾ ਲੈਣੀ ਚਾਹੀਦੀ ਹੈ। ਜਿਵੇਂ ਜਿਵੇਂ ਸਾਡੀ ਏਜ ਵੱਧਦੀ ਜਾਂਦੀ ਹੈ, ਉਸੇ ਤਰ੍ਹਾਂ ਇਹਨੂੰ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਮੈਨੂੰ ਇਹੀ ਸਲਾਹ ਹੈ ਕਿ ਜ਼ਰੂਰੀ ਨਹੀਂ ਹੈ ਕਿ ਸਾਡੇ ਸਰੀਰ ਦੇ ਵਿੱਚ ਕੋਈ ਦਰਦ ਹੋ ਰਹੀ ਹੈ, ਕੋਈ ਪੇਨ ਹੋ ਰਹੀ ਹੈ, ਤਾਂ ਅਸੀਂ ਉਸਨੂੰ ਦੂਰ ਕਰਨ ਦੇ ਲਈ ਹੀ ਫਿਜ਼ੀਓਥੈਰੇਪੀ ਕਰਵਾਉਣ ਜਾਣਾ ਹੈ। ਮੇਰੀ ਸਾਰਿਆਂ ਨੂੰ ਇਹੀ ਸਲਾਹ ਹੈ ਕਿ 1 ਮਹੀਨੇ ਦੇ ਵਿੱਚ 2 ਮਹੀਨੇ ਬਾਅਦ ਤੁਸੀਂ ਇੱਕ ਵਾਰੀ ਫਿਜ਼ੀਓਥੈਰੇਪੀ ਜ਼ਰੂਰ ਕਰਵਾਓ। ਜਿਸ ਤਰ੍ਹਾਂ ਤੁਸੀਂ ਆਪਣੇ ਵਹੀਕਲਸ ਦਾ ਧਿਆਨ ਰੱਖਦੇ ਹੋ, ਪਲੀਜ਼ ਪਲੀਜ਼ ਆਪਣੇ ਸਰੀਰ ਦਾ ਵੀ ਬਹੁਤ ਧਿਆਨ ਰੱਖੋ, ਕਿਉਂਕਿ ਇਹ ਸਭ ਤੋਂ ਪਰਮਾਤਮਾ ਦੀ ਦਿੱਤੀ ਹੋਈ ਸਾਨੂੰ ਸਭ ਤੋਂ ਅਨਮੋਲ ਚੀਜ਼ ਸਾਡਾ ਸਰੀਰ ਹੈ। ਜਿੰਨਾ ਅਸੀਂ ਇਹਦਾ ਧਿਆਨ ਰੱਖਾਂਗੇ ਅਤੇ ਓਨਾ ਹੀ ਅਸੀਂ ਵਧੀਆ ਕਰਮ ਜਿਹੜੇ ਆ ਉਹ ਕਰ ਸਕਦੇ। ਬਿਲਕੁਲ ਡਾਕਟਰ, ਇਹ ਵੀ ਦੱਸ ਦਿਓ, ਤੁਸੀਂ ਕਹਿੰਦੇ ਹੋ ਕਿ ਤੁਸੀਂ ਬੀਪੀ ਹਾਈ ਲੋ ਦਾ ਵੀ ਇਲਾਜ ਕਰਦੇ ਹੋ, ਕਿਵੇਂ ਕਰਦੇ ਹੋ, ਮੈਡੀਸਨ ਦਿੰਦੇ ਹੋ ਤੇ ਕਿਵੇਂ ਕਰਦੇ ਹੋ? ਨਹੀਂ ਜੀ, ਮੈਡੀਸਨ ਮੈਂ ਕਿਸੇ ਵੀ ਚੀਜ਼ ਦੀ ਕੋਈ ਮੈਡੀਸਨ ਨਹੀਂ ਦਿੰਦੀ। ਨਹੀਂ ਜੀ, ਮੈਡੀਸਨ ਨਹੀਂ ਦਿੰਦੀ ਆ ਮੈਂ। ਐਕੂਪ੍ਰੈਸ਼ਰ ਦੇ ਨਾਲ ਜਿਹੜਾ ਬੀਪੀ ਲੋ ਔਰ ਹਾਈ ਕੋਈ ਵੀ ਦਿੱਕਤ ਹੈ, ਤੁਹਾਨੂੰ ਹਾਰਟ ਦੀ ਵੀ ਕੋਈ ਪ੍ਰੋਬਲਮ ਆਉਂਦੀ ਹੈ, ਤੇ ਉਹ ਪੁਆਇੰਟਸ ਲਗਾ ਕੇ ਹੱਥ ਦੇ ਉੱਤੇ ਪੁਆਇੰਟਸ ਲਗਾਏ ਜਾਂਦੇ ਆ, ਮਸ਼ੀਨ ਹੈ ਮੇਰੇ ਕੋਲ, ਮਸ਼ੀਨ ਦੇ ਨਾਲ ਜਿਹੜੇ ਉਹ ਪ੍ਰੋਬਲਮ ਹੈ ਉਹ ਦੂਰ ਕੀਤੀ ਜਾਂਦੀ। ਹਾਰਟ ਵਾਲਾ ਕਿਵੇਂ ਕਰਦੇ ਹੋ? ਹਾਰਟ ਪ੍ਰੋਬਲਮਸ ਆ ਜਾਂਦੀ ਹੈ, ਲੋਕ ਸੁਣਨੇ ਨੂੰ ਮਿਲੇ ਕਿ ਡਾਕਟਰ ਲਿਖ ਦਿੰਦੇ ਆ ਪੀਜੇ ਜਾ ਕੇ ਆਪਰੇਸ਼ਨ ਕਰਾ ਲਓ, ਸਟੰਟ ਪਵਾ ਲਓ, ਪਰ ਤੁਸੀਂ ਕਿਵੇਂ ਇਲਾਜ ਕਰਦੇ ਹੋ ਐਡੀ ਵੱਡੀ ਬਿਮਾਰੀ ਦਾ? ਮੇਰੇ ਕੋਲ ਜੋ BCM ਮਸ਼ੀਨ ਹੈ ਜੀ, ਬਲੱਡ ਸਰਕੂਲੇਟਿੰਗ ਮਸ਼ੀਨ ਹੈ, ਉਹ ਬਲੱਡ ਦੇ ਸਾਡੇ ਖੂਨ ਦੇ ਦੌਰੇ ਨੂੰ ਜਿਹੜੀ ਆ ਅੱਛੀ ਕਰ ਦਿੰਦੀ ਹੈ। ਜਿਹੜੀ ਬਲੋਕੇਜ ਆਉਂਦੀ ਹੈ ਜਾਂ ਖੂਨ ਗਾੜਾ ਹੋਣ ਦੇ ਨਾਲ ਆਉਂਦੀ ਹੈ, ਮੇਨ ਦਿੱਕਤ ਹੈ ਨਾ, ਖਾਣ ਪੀਣ ਦੇ ਨਾਲ ਆਉਂਦੀ ਹੈ, ਅਤੇ ਜਦੋਂ ਹੁਣ ਆ ਕੇ ਮਰੀਜ਼ ਮਸ਼ੀਨਸ ਲਗਵਾਉਂਦਾ ਹੈ, ਪੁਆਇੰਟਸ ਲਗਾਉਂਦਾ ਹੈ, ਤਾਂ ਉਹਦਾ ਬਲੱਡ ਦਾ ਸਰਕੂਲੇਸ਼ਨ ਜਿਹੜਾ ਉਹ ਸਰੀਰ ਦੇ ਵਿੱਚ ਵੱਧਦਾ ਜਾਂਦਾ ਹੈ, ਅਤੇ ਬਲੋਕੇਜ ਆਪਣੇ ਆਪ ਖਤਮ ਹੁੰਦੀ ਜਾਂਦੀ ਹੈ। ਪ੍ਰੈਸ਼ਰ ਇਸ ਤਰ੍ਹਾਂ ਦੀ ਚੀਜ਼ ਹੈ ਕਿ ਬਿਨਾਂ ਕਿਸੇ ਦਵਾਈ ਦੇ ਹੀ ਖੂਨ ਦੇ ਦੌਰੇ ਨੂੰ, ਬਲੱਡ ਦੀ ਸਰਕੂਲੇਸ਼ਨ ਨੂੰ ਅੱਛਾ ਕਰਕੇ ਸਾਰੀਆਂ ਦਵਾਈਆਂ ਤੋਂ ਛੁਟਕਾਰਾ ਦਵਾਉਂਦਾ ਅਤੇ ਬੰਦੇ ਨੂੰ ਫਿੱਟ ਕਰਦਾ। ਲਾਸਟ ਵਿੱਚ ਡਾਕਟਰ ਨੇ ਇੱਕ ਬਹੁਤ ਹੀ ਵਧੀਆ ਗੱਲ ਕਹੀ ਹੈ ਕਿ ਤੁਸੀਂ ਫਿਜ਼ੀਓਥੈਰੇਪੀ ਕਰਾਓਗੇ ਤਾਂ ਬਿਮਾਰੀਆਂ ਤੋਂ ਤੁਸੀਂ ਮੁਕਤ ਹੋ ਜਾਓਗੇ। ਬਿਮਾਰੀਆਂ ਬਿਨਾਂ ਆਪਰੇਸ਼ਨ ਤੋਂ ਵੀ ਇਲਾਜ ਕੀਤਾ ਜਾਂਦਾ ਹੈ, ਅਤੇ ਜੇਕਰ
ਤੁਸੀਂ ਆਪਣਾ ਰੈਗੂਲਰ ਰੂਟੀਨ ਬਣਾਉਂਦੇ ਹੋ, ਫਿਜ਼ੀਓਥੈਰੇਪੀ ਕਰਾਉਂਦੇ ਹੋ, ਤਾਂ ਤੁਸੀਂ ਆਪਣੇ ਸਰੀਰ ਨੂੰ ਸਵੱਸਥ ਰੱਖ ਪਾਓਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਬਿਮਾਰੀ ਤੁਹਾਡੇ ਸਰੀਰ ਨੂੰ ਨਹੀਂ ਲੱਗੇਗੀ, ਅਤੇ ਜਿਸ ਦੇ ਨਾਲ ਤੁਹਾਡਾ ਜੋ ਜੀਵਨ ਹੈ, ਤੁਹਾਡੇ ਫੈਮਿਲੀ ਦੇ ਪ੍ਰਤੀ ਜ਼ਿਆਦਾ ਜ਼ਿੰਮੇਵਾਰੀ ਵੱਧ ਜਾਵੇਗੀ। ਇਸੇ ਤਰ੍ਹਾਂ ਦੀ ਪੋਜ਼ਿਟਿਵ ਐਡਵਾਈਸ ਦੇ ਲਈ ਅਸੀਂ ਅਕਸਰ ਡਾਕਟਰਸ ਦੇ ਪਾਸ ਜਾਂਦੇ ਰਹਿੰਦੇ ਸਨ, ਅਤੇ ਅੱਜ ਅਸੀਂ ਸਪੈਸ਼ਲ ਫਿਜ਼ੀਓਥੈਰੇਪੀ ਦੇ ਰਿਗਾਰਡਿੰਗ ਵੀਡੀਓ ਬਣਾਉਣ ਦੇ ਲਈ ਪਹੁੰਚੇ ਸੀ ਡਾਕਟਰ ਪ੍ਰਿਯੰਕਾ ਕੌਸ਼ਲ ਅਜੋਲੀ ਮੋੜ ਵਿਖੇ, ਅਤੇ ਸਾਡੇ ਨਾਲ ਜੁੜਨ ਦੇ ਲਈ ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ, ਪੰਜਾਬ ਟੀ ਵੀ ਪ੍ਰਾਈਮ ਵਾਲਿਆਂ ਦਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਔਰ ਪੰਜਾਬ ਟੀ ਵੀ ਪ੍ਰਾਈਮ ਨਿਊਜ਼ ਚੈਨਲ ਦੇਖਣ ਵਾਲਿਆਂ ਦਾ ਵੀ ਬਹੁਤ ਸਾਰਾ ਧੰਨਵਾਦ, ਅਤੇ ਮੇਰੇ ਸਾਰੇ ਦਰਸ਼ਕਾਂ ਨੂੰ ਇਹ ਬੇਨਤੀ ਹੈ ਕਿ ਆਪਣੇ ਆਪ ਨੂੰ ਸਿਹਤਮੰਦ ਰੱਖਣ ਦੇ ਲਈ ਥੋੜ੍ਹੇ ਥੋੜ੍ਹੇ ਦਿਨਾਂ ਦੇ ਬਾਅਦ, ਥੋੜ੍ਹੇ ਥੋੜ੍ਹੇ ਮਹੀਨਿਆਂ ਦੇ ਬਾਅਦ ਜਿਹੜੀ ਫਿਜ਼ੀਓਥੈਰੇਪੀ ਆ ਉਹ ਜਾ ਕੇ ਕਰਵਾਓ, ਅਤੇ ਦਵਾਈਆਂ ਤੋਂ ਜਿਹੜਾ ਆਪਣਾ ਛੁਟਕਾਰਾ ਪਾਓ। ਬਿਲਕੁਲ, ਅਤੇ ਅਗਲੀ ਵਾਰ ਮਿਲਾਂਗੇ ਨਵੇਂ ਡਾਕਟਰ ਦੇ ਨਾਲ ਅਤੇ ਨਵੀਂ ਐਡਵਾਈਸ ਦੇ ਨਾਲ। ਤਦ ਤੱਕ ਯਾਨੀ ਕਿ ਮੈਨੂੰ ਰਕੇਸ਼ ਰਾਣਾ ਨੂੰ ਦਿਓ ਇਜਾਜ਼ਤ, ਧੰਨਵਾਦ। ਹਾਂਜੀ, ਮੈਨੂੰ ਬੜੀ ਦੇਰ ਹੋ ਗਈ, ਵੈਸੇ 7-8 ਸਾਲ ਹੋ ਹੀ ਗਏ ਤਕਰੀਬਨ, ਅਸੀਂ ਕਈ ਜਗ੍ਹਾ ਤੋਂ ਦਵਾਈਆਂ ਖਾਧੀਆਂ, ਕੋਈ ਫਰਕ ਨਹੀਂ ਪਿਆ। ਪਰੇਸ਼ਾਨੀ ਕੀ ਸੀ? ਸਰਵਾਈਕਲ ਔਰ ਸ਼ੋਲਡਰ ਟ੍ਰੋਜ਼ਨ ਸੀਗੇ, ਅਤੇ ਹੁਣ ਇੱਥੇ ਆ ਕੇ ਫਰਕ ਹੈ, ਵੈਸੇ ਕਾਫੀ ਅੱਧੇ ਤੋਂ ਜ਼ਿਆਦਾ ਫਰਕ ਪੈ ਗਿਆ ਹੋਇਆ। ਕਿੰਨੇ ਦਿਨਾਂ ਤੋਂ ਆ ਰਹੇ? ਹਫ਼ਤਾ ਹੋਇਆ। ਇੱਕ ਹਫ਼ਤੇ ਤੁਹਾਨੂੰ ਲੱਗਦਾ ਫਰਕ ਪੈ ਗਿਆ, ਆਉਣ ਵਾਲੇ ਦਿਨਾਂ 'ਚ ਹੋਰ ਜ਼ਿਆਦਾ ਫਰਕ ਪੈ? ਹਾਂਜੀ ਹਾਂਜੀ, ਫਰਕ ਵੈਸੇ ਪੈ ਜਾਏਗਾ ਵੈਸੇ ਜਿੱਦਾਂ ਤੱਕ ਲੱਗਦਾ ਪਿਆ। ਬਾਕੀਆਂ ਨੂੰ ਅਸੀਂ ਇਹੀ ਸਲਾਹ ਦੇਵਾਂਗੇ ਕਿ ਤੁਸੀਂ ਵੀ ਉੱਥੇ ਜਾਓ, ਕਿ ਬਹੁਤ ਠੀਕ ਹੈ ਉਹ, ਅਤੇ ਵੈਸੇ ਮੈਨੂੰ ਤਾਂ ਫਰਕ ਪੈ ਹੀ ਗਿਆ। ਅਤੇ ਮੈਨੂੰ, ਮੈਂ ਇੱਕ ਆਂਟੀ ਉਹਨਾਂ ਨੂੰ ਲੈ ਕੇ ਆਇਆ ਸੀਗਾ ਹੁਣ ਇੱਥੇ, ਅਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਉਹ ਆਪਣਾ ਇੱਥੇ ਇਲਾਜ ਇਲੂਜ ਕਰਵਾਉਣਾ ਸੀਗੇ, ਅਤੇ ਉਹਨਾਂ ਨੇ ਦੱਸਿਆ ਕਿ ਮੈਂ ਇਹਨੂੰ ਓਪਰੇਸ਼ਨ ਦੱਸਿਆ ਸੀਗਾ, ਅਤੇ ਮੈਂ ਇੱਥੇ 20-22 ਦਿਨ ਵਿੱਚ ਠੀਕ ਹੋ ਗਿਆ, ਅਤੇ ਮੈਨੂੰ ਵੀ ਇੱਥੇ ਆਉਂਦੇ ਨੂੰ ਹਫ਼ਤਾ ਹੋ ਗਿਆ, ਅਤੇ ਮੈਨੂੰ ਵੀ ਇਹ ਤੋਂ 70% ਫਰਕ ਪੈ ਚੁੱਕਿਆ ਵਾ। ਪਹਿਲਾਂ ਮੈਨੂੰ ਬਹੁਤ ਪ੍ਰੋਬਲਮ ਸੀ, ਮੈਂ 5 ਸਾਲ ਬਹੁਤ ਧੱਕੇ ਖਾਧੇ, ਕਾਫੀ ਜਗ੍ਹਾ ਦਵਾਈ ਦਵੂਈ ਖਾਧੀ, ਹਿਮਾਚਲ ਪੰਜਾਬ ਕਿਤੇ ਵੀ ਨਹੀਂ ਛੱਡਿਆ, ਅਤੇ ਹੁਣ ਮੈਨੂੰ ਹਫ਼ਤੇ ਵਿੱਚ ਹੀ ਫਰਕ ਲੱਗ ਗਿਆ ਪਤਾ ਕਿ ਹਾਂ ਮੈਨੂੰ ਬਿਨਾਂ ਦਵਾਈ ਦੇ ਮੈਂ ਪਰਫੈਕਟ। ਤੁਹਾਨੂੰ ਕਿਆ ਪ੍ਰੋਬਲਮ ਸੀ? ਮੈਨੂੰ ਬੈਕ ਪੇਨ ਦੀ ਪ੍ਰੋਬਲਮ ਸੀ, ਔਰ ਮੇਰੇ ਨੈਕ ਦੀ ਕਾਫੀ ਅੱਗੇ ਨੂੰ ਆ ਚੁੱਕੀ ਸੀ, ਮੈਨੂੰ ਮਤਲਬ ਕੋਬਰ ਪੈਣਾ ਸ਼ੁਰੂ ਹੋ ਗਿਆ ਤਾ। ਹੁਣ ਤੁਹਾਨੂੰ ਇਹਨਾਂ ਨੇ ਦਵਾਈਆਂ ਦਿੱਤੀਆਂ ਕਿ ਕਿਆ ਦਿੱਤਾ? ਨਹੀਂ, ਮੈਨੂੰ ਕੋਈ ਦਵਾਈ ਨਹੀਂ ਦਿੱਤੀ, ਮੈਨੂੰ ਸਿਰਫ ਥੈਰੇਪੀ ਦਿੰਦੇ, ਮੈਂ ਥੈਰੇਪੀ ਨਾਲ ਠੀਕ ਹੋ ਗਿਆ। ਮੈਂ ਸਾਰਿਆਂ ਨੂੰ ਐਡਵਾਈਸ ਇਹੀ ਕਰਦਾ ਕਿ ਹਾਂ ਤੁਸੀਂ ਇੱਥੇ ਆਓ, ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਦਵਾਈ ਖਾਂਦੇ ਹੋ ਅਤੇ ਦਵਾਈ ਤੁਹਾਡੀ ਹੱਦਾਂ ਨੂੰ ਕਮਜ਼ੋਰ ਕਰਦੀ ਹੈ, ਅਤੇ ਤੁਸੀਂ ਬਿਨਾਂ ਆਪਰੇਸ਼ਨ ਤੋਂ ਇੱਥੇ ਠੀਕ ਆਓ, ਇੱਥੇ ਆਓ ਅਤੇ ਠੀਕ ਹੋ ਕੇ ਜਾਓ।